बस ਸਾਨੂੰ ਇੰਨਾ ਪਤਾ ਲੱਗ ਗਿਆ ਨਾ ਵੀ ਸਾਡੇ ਖੇਤ ਖੋਣੇ ਨੇ ਸਾਡੇ ਲਈ ਇਹ ਕਾਫੀ ਆ ਅਸੀਂ ਨਹੀਂ ਬਿਲਕੁਲ ਪੜ੍ਹਨੇ ਉਹਨਾਂ ਦੇ ਔਖੇ ਔਖੇ ਸ਼ਬਦ ਨੇ ਸਾਨੂੰ ਤਾਂ ਉਨੀ ਅੰਗਰੇਜ਼ੀ ਆਉਂਦੀ ਪੰਜਾਬੀਆਂ ਅਸੀਂ ਕਿਉਂ ਆਪਦਾ ਟਾਈਮ ਵੇਸਟ ਕਰੀਏ ਮੱਥਾ ਮਾਰੀਏ ਸਾਰਿਆਂ ਦੀ ਗੱਲ ਨਹੀਂ ਕਰਦਾ ਪਰ ਬਹੁਤਿਆਂ ਨੂੰ ਨਹੀਂ ਆਉਂਦੀ ਉਹਨਾਂ ਚੋਂ ਮੈਂ ਵੀ ਇੱਕ ਸੋ ਤਾਂ ਕਰਕੇ ਵੀਰੋ ਵਕਤ ਇਹ ਇੱਕੇ ਦਾ ਰਣਨੀਤੀ ਬਣਾ ਕੇ ਚੱਲਣ ਦਾ ਮੈਂ ਕੱਲ ਸਨਾਮ ਵੱਲ ਗਿਆ ਹੋਇਆ ਸੀ ਉੱਥੇ ਉਹਨਾਂ ਨੇ ਕੀ ਕੀਤਾ ਸੌ ਸੌ ਮੁੰਡੇ ਦਾ ਗਰੁੱਪ ਬਣਾ ਲਿਆ ਕਿ ਬਜ਼ੁਰਗੋ ਅਸੀਂ ਤੁਹਾਡੇ ਨਾਲ ਆਵਾਂਗੇ ਜਥੇਬੰਦੀਆਂ ਦਾ ਆਪਣੇ ਤੌਰ ਤੇ ਸੰਘਰਸ਼ ਜਾਰੀ ਹੈ ਤੁਸੀਂ ਆਪਦੇ ਤੌਰ ਤੇ ਗਰੁੱਪ ਬਣਾਓ ਤੇ ਇਹਨਾਂ ਨੂੰ ਸਮਰਥਨ ਦਿਓ ਉਹਨਾਂ ਦੇ ਨਾਸੀ ਧੂਆ ਆਇਆ ਹੋਇਆ ਉੱਥੇ ਤੁਸੀਂ ਇਹ ਨਾ ਸੋਚੋ ਨਹੀਂ ਇਹ ਫਰਕ ਨਹੀਂ ਕੋਈ ਪਿਆ ਬਾਪੂ ਜੀ ਉਹਨਾਂ ਨੂੰ ਜ਼ਿਆਦਾ ਪਤਾ ਚਿੱਠੀਆਂ ਆਉਂਦੀਆਂ ਉਹ ਕਹਿੰਦੇ ਨੇ ਸਾਡੇ ਨਾਲ ਬੈਠੋ ਪਰ ਅਸੀਂ ਬੈਠਾਂਗੇ ਨਾ ਜਦੋਂ ਤਾਂ ਕਿਸੇ ਕੰਡੀਸ਼ਨ ਤੇ ਬੈਠਾਂਗੇ ਅਸੀਂ ਐ ਨਹੀਂ ਜਾਣਾ ਜੇ ਜਾ ਵੜੇ ਉਹਨਾਂ ਨੂੰ ਤਾਂ ਐ ਲੱਗੂਗਾ ਵੀ ਇੱਦਾਂ ਹੀ ਆ ਗਏ ਹੁਣ ਇੱਥੇ ਸਰਕਾਰਾਂ ਸਾਡੇ ਨਾਲ ਪ੍ਰੋਪੋਗੰਡਾ ਜਾਂ ਕਰਨ ਲੱਗੀਆਂ ਰੇਲਾਂ ਰੋਗੀਆਂ ਜੀ ਸਾਡੇ ਕੋਲ ਲਾਈਟ ਭੱਜ ਜਾਣੀ ਹੈ ਜੀ ਸਾਡੇ ਇਦਾਂ ਹੋ ਜਾਣਾ ਉਦਾਂ ਹੋ ਜਾਣਾ ਅਸੀਂ ਉਹਨਾਂ ਨੂੰ ਕਦੋਂ ਕਿਹਾ ਜਿਨ੍ਹਾਂ ਚ ਕੋਲਾ ਉਹ ਲਿਆਓ ਰੇਲਾਂ ਅਸੀਂ ਤਾਂ ਆਪ ਲਾ ਕੇ ਝੰਡੇ ਲੈ ਕੇ ਆਵਾਂਗੇ ਕਿਸਾਨ ਜਥੇਬੰਦੀਆਂ ਦੇ ਜਿਨ੍ਹਾਂ ਚ ਬਾਰਦਾਨਾ ਆ ਰਿਹਾ ਦੱਸੋ ਅਸੀਂ ਆਪ ਲੈ ਕੇ ਜਾਵਾਂਗੇ ਪਰ ਜਿਹੜੇ ਲੋਕ ਇਹ ਕਹਿ ਰਹੇ ਨੇ ਵੀ ਰੇਲਾਂ ਰੋਕਿਆਂ ਤੋਂ ਕੋਈ ਫਰਕ ਹੀ ਨਹੀਂ ਪੈਂਦਾ ਉਹ ਗਲਤ ਗੱਲ ਫਰਕ ਪੈਂਦਾ ਉੱਥੇ ਚੀਕ ਉੱਥੇ ਨਿਕਲੀ ਪਈ ਆ ਉਹਨਾਂ ਦੀ ਨੈਸ਼ਨਲ ਮੀਡੀਆ ਨਹੀਂ ਦਿਖਾਉਂਦਾ ਕਿਉਂਕਿ ਉਹਨਾਂ ਦੀ ਬੇਇੱਜ਼ਤੀ ਹੈ ਇਹਦੇ ਚ ਜੇ ਦਿਖਾਉਂਦੇ ਨੇ ਤਾਂ ਇੰਟਰਨੈਸ਼ਨਲ ਮੀਡੀਆ ਦਿਖਾਉਂਦਾ ਸਾਡੇ ਭਰਾਵਾਂ ਨੇ ਕੈਨੇਡਾ ਚ ਅੰਬੈਸੀਆਂ ਘੇਰੀਆਂ ਨੇ ਅਮਰੀਕਾ ਚ ਅੰਬੈਸੀਆਂ ਘੇਰੀਆਂ ਨੇ ਇੰਗਲੈਂਡ ਚ ਅੰਬੈਸੀਆਂ ਘੇਰੀਆਂ ਨੇ ਤਾਂ ਇੱਕ ਨਿਊਜ਼ ਬਣੂਗੀ ਜਿਹੜੇ ਕੋਈ ਵੀ ਪੱਖ ਅਸੀਂ ਛੱਡਣਾ ਨਹੀਂ ਹੈਗਾ ਜੇ ਤੁਸੀਂ ਸੋਸ਼ਲ ਮੀਡੀਆ ਜ਼ਿਆਦਾ ਯੂਜ਼ ਕਰਦੇ ਹੋ ਨਾ ਚਲੋ ਚਿੱਟਾ ਤਾਂ ਇੱਕ ਬਦਨਾਮ ਹੀ ਹੋ ਗਿਆ ਸਾਨੂੰ ਨਸ਼ਾ ਤਾਂ ਫੋਨ ਦਾ ਹੀ ਆ ਸਾਰੀ ਦਿਹਾੜੀ ਤਾਂ ਉੱਥੇ ਤੁਸੀਂ ਹੈਸ਼ਟੈਗ ਸ਼ੁਰੂ ਕਰੋ ਸੇਵ ਫਾਰਮਰ ਪੰਜਾਬ ਜੇ ਪੰਜਾਬੀ ਚ ਲਿਖ ਸਕਦੇ ਹੋ ਜਿਹੜਾ ਮਰਜ਼ੀ ਕਰੋ ਫਾਰਮਰ ਲਾ ਦਿਓ ਕਿਸਾਨ ਲਾ ਦਿਓ ਜਿਹੜੇ ਟਵਿੱਟਰ ਚਲਾਉਂਦੇ ਨੇ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਟਵਿੱਟਰ ਤੇ ਜਦੋਂ 1 ਮਿਲੀਅਨ ਹੈਸ਼ਟੈਗ ਹੋ ਜਾਂਦਾ ਤਾਂ ਉਹ ਇੰਟਰਨੈਸ਼ਨਲ ਮੂਵਮੈਂਟ ਬਣ ਜਾਂਦੀ ਹੈ ਜੇ ਕਿਸੇ ਗੋਰੇ ਦੇ ਦਿਲ ਚ ਦਿਆਲੂ ਆ ਗਈ ਜਿਵੇਂ ਕੋਈ ਡਰੇਕ ਵਰਗਾ ਹੋ ਗਿਆ ਜਾਂ ਕੋਈ ਰੋਨਾਲਡੋ ਵਰਗਾ ਹੋ ਗਿਆ ਜਦੋਂ ਉਹਨੇ ਪਾਤਾ ਨਾ ਲਿਖ ਕੇ ਵੀ ਹਾਂ ਉੱਥੇ ਧੱਕਾ ਹੋ ਰਿਹਾ ਤੁਸੀਂ ਜੇ ਇੰਟਰਨੈਸ਼ਨਲ ਨਿਊਜ਼ਾਂ ਦੀ ਕੋਈ ਖਬਰ ਰੱਖਦੇ ਹੋ ਤਾਂ ਉੱਥੇ ਦੁਨੀਆ ਪੂਰੀ ਦੁਨੀਆ ਪੰਜਾਬ ਦੇ ਨਾਲ ਆ ਕੇ ਖੜੀ ਹੋ ਜੂ ਇਹ ਵੀ ਸਾਡਾ ਫਰਜ਼ ਹੈ ਕਿਉਂਕਿ ਅਸੀਂ ਟੈਕਨੋਲੋਜੀ ਨਾਲ ਜੁੜੇ ਹੋਏ ਆ ਗ੍ਰਾਮ ਸਭਾ ਦੇ ਮਤੇ ਤਾਂ ਪਾਉਣ ਲੱਗਿਆ ਵੀ ਜਦੋਂ ਅਸੀਂ ਕੋਰਟ 'ਚ ਜਾਈਏ ਤਾਂ 12,000 ਪਿੰਡਾਂ 'ਚੋਂ ਸਾਈਨ ਹੋ ਕੇ ਜਿਹੜੇ ਵੀ ਜੱਜ ਦੇ ਮੂਹਰੇ ਜਾਵੇ ਇੱਕ ਵਾਰੀ ਉਹ ਸੋਚਣ ਤੇ ਮਜਬੂਰ ਹੋ ਜਾਵੇ ਚਲੋ ਜੱਜ ਹੈ ਤਾਂ ਉਹਨਾਂ ਦੀ ਨੇ ਪਰ ਫਿਰ ਵੀ ਉਹ ਸੋਚੇ ਉਹਦੀ ਜ਼ਮੀਰ ਉਹਨੂੰ ਜਵਾਬ ਦੇਵੇ ਕਿ ਨਹੀਂ ਯਾਰ ਇਹ ਧੱਕਾ ਸੋ ਜਦੋਂ ਅਸੀਂ ਦਿੱਲੀ ਜਾਣਾ ਪੱਕੇ ਪੈਰੀ ਜਾਣਾ ਪਰ ਇਹ ਵੀਰ ਮੈਨੂੰ ਕਹਿ ਦਿੰਦੇ ਨੇ ਇੱਥੇ ਕੁਛ ਨਹੀਂ ਹੋਣਾ ਦਿੱਲੀ ਚੱਲੀਏ ਅਸੀਂ ਕਿਉਂ ਆਪਦੇ ਮੁੰਡੇ ਪਰਵਾਈ ਉੱਥੇ ਯਾਰ ਦਿੱਲੀ ਲਿਜਾ ਕੇ ਕੋਈ ਕੋਈ ਸਾਡੇ ਕੋਈ ਫਾਲਤੂ ਥੋੜੀ ਨੇ ਦਿੱਲੀ ਨੂੰ ਲੋੜ ਹੈ ਉਹ ਆਊਗੀ ਨਾ ਸਾਡੇ ਕੋਲ ਅਸੀਂ ਥੋੜੀ ਜਾਵਾਂਗੇ ਉੱਥੇ ਅਸੀਂ ਜਾਵਾਂਗੇ ਉੱਥੋਂ ਇੱਕੋ ਸਪੋਜ਼ ਕਰੋ ਵੀ 5,000 ਬੰਦਾ ਚਲੇ ਗਿਆ ਤੇ ਫਿਰ ਕੀ ਹੋਊਗਾ ਉੱਥੇ ਦਿੱਲੀ ਅੱਜ ਗਏ ਹੋਏ ਨੇ ਪਾਰਟੀ ਵਾਲੇ ਉੱਥੇ ਡਾਂਗਾ ਮਾਰਨਗੇ ਉਹ ਨਾਲਿਆਂ ਦਾ ਪਾਣੀ ਹੁੰਦਾ ਮਾਰਨਗੇ ਚਲੋ ਝੱਲ ਲਾਂਗੇ ਸਾਰਾ ਕੁਛ ਐਸੇ ਐਸੇ ਪਰਚੇ ਪਾ ਦੇਣਗੇ ਮੁੜ ਕੇ ਪਰਚੇ ਰੱਦ ਕਰਾਵਾਂਗੇ ਬਿੱਲ ਰੱਦ ਕਰਾਵਾਂਗੇ ਇੱਥੇ ਇੱਕੇ ਦੀ ਲੋੜ ਹੈ ਇਹ ਮੈਂ ਤਾਂ ਕਹਿਣਾ ਵੀ ਏਕਾ ਹੈਗਾ ਤੇ ਇਹਨੂੰ ਆਪਾਂ ਬਰਕਰਾਰ ਰੱਖਣਾ ਇਸ ਲਹਿਰ ਨੂੰ ਅੱਜ ਤੱਕ ਦੀ ਇਹ ਬਜ਼ੁਰਗਾਂ ਨੇ ਬੜੀਆਂ ਲਹਿਰਾਂ ਬੜੇ ਸੰਘਰਸ਼ ਕੀਤੇ ਆ ਅੱਜ ਤੱਕ ਦੀ ਇਹ ਸਭ ਤੋਂ ਮੈਂ ਕਹਿੰਦਾ ਲਾਮਬੰਦ ਤੇ ਇੱਕ ਸਿੱਧੀ ਲਹਿਰ ਹੈ ਬਸ ਵਾਰ ਵਾਰ ਲਹਿਰ ਦਾ ਨਾਂ ਤਾਂ ਆਉਂਦਾ ਕਿ ਇਹ ਟੁੱਟੇ ਨਾ ਬਸ ਇਹਨੂੰ ਟੁੱਟਣ ਨਾ ਦਿਓ ਜੋ ਜਿੱਦਾਂ ਸਾਡੇ ਵੱਲੋਂ ਹੋਊਗਾ ਉਵੇਂ ਕਰਾਂਗੇ ਜਦੋਂ ਮੈਂ ਵਾਰ ਇੱਕ ਹੀ ਗੱਲ ਕਹਿਣਾ ਕਿ ਜਦੋਂ ਆਰ ਪਾਰ ਤੇ ਆ ਗਏ ਹੈ ਤਾਂ ਆਰ ਪਾਰ ਦੀ ਲੜਾਈ ਹੈ ਤਾਂ ਫਿਰ ਉਵੇਂ ਵੀ ਹੋਲਾਂਗੇ ਜਿਵੇਂ ਤੁਸੀਂ ਕਹੋਗੇ ਹਾਂ ਫਿਰ ਤਾਂ ਡੰਡਾ ਚੱਕ ਕੇ ਕੰਮ ਸੂਤ ਆਊਗਾ ਨਾ ਫਿਰ ਇਦਾਂ ਤਾਂ ਆਉਣ ਦੀ ਰਿਹਾ ਹੁਣ ਤਾਂ ਬੇਨਤੀਆਂ ਕਰਦੇ ਆ ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਤੁਹਾਡੀ ਚੁੱਪ 'ਚ ਇੰਨੀ ਤਾਕਤ ਹੈ ਤੁਹਾਡੇ ਧਰਨਿਆਂ 'ਚ ਇੰਨੀ ਤਾਕਤ ਹੈ ਗੱਲ ਉੱਥੇ ਤੱਕ ਪਹੁੰਚ ਗਈ ਤੇ ਆਪਾਂ ਜਿੱਤ ਲਾਂਗੇ ਜੇ ਤੁਸੀਂ ਇਦਾਂ ਹੀ ਸਾਡਾ ਸਾਥ ਦਿੰਦੇ ਰਹੇ ਆਪਾਂ ਰਲ ਮਿਲ ਕੇ ਇੱਕ ਦੂਜੇ ਦਾ ਸਾਥ ਦਿੰਦੇ ਰਹੇ ਤਾਂ ਜਿੱਤਾਂਗੇ ਤੇ ਜ਼ਰੂਰ ਜਿੱਤਾਂਗੇ ਲਾਸਟ 'ਚ ਬਸ ਇੱਕੋ ਹੀ ਗੱਲ ਕਹੂੰਗਾ ਕਿਉਂਕਿ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ ਸਾਡਾ ਇਤਿਹਾਸ ਹੈ ਅਸੀਂ ਤਾਂ ਇੰਨੇ ਛੋਟੇ ਆ ਕਿ ਅਸੀਂ ਬੋਲ ਕੇ ਵੀ ਜੇ ਦੱਸੀਏ ਤਾਂ ਸਾਨੂੰ ਸੋਚਣਾ ਪੈਂਦਾ ਐਡਾ ਮਹਾਨ ਇਤਿਹਾਸ ਹੈ ਜਦੋਂ ਤੁਸੀਂ ਆਪਦੇ ਘਰੋਂ ਆਉਂਦੇ ਹੋ ਤਾਂ ਅਰਦਾਸ ਜ਼ਰੂਰ ਕਰਕੇ ਆਇਆ ਕਰੋ ਕਿ ਮਹਾਰਾਜ ਸਾਨੂੰ ਸਾਡੀ ਲੜਾਈ 'ਚ ਜਿੱਤ ਹਾਸਲ ਹੋਵੇ ਇਹ ਹਕੂਮਤਾਂ ਦਾ ਜਿਹੜਾ ਘਮੰਡ ਹੈ ਉਹ ਟੁੱਟੇ ਤਾਂ ਜ਼ਰੂਰ ਮਹਾਰਾਜ ਮਿਹਰ ਕਰਨਗੇ ਸੋ ਭੁੱਲ ਚੁੱਕ ਗਲਤੀ ਦੀ ਮੈਂ ਮਾਫੀ ਚਾਹੁੰਦਾ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।